अस्सलाम वालेकुम जी। जी हाल है कलाम जी। हजूर मैं आया है पिंडो रक्षे ते। ओ मेहमान ने बिस्मिल्ला बिस्मिल्ला साडे सिर मथे ते इस्ते वास्ते आए ने चढ़न साडे सिर मथे ते मेहमान जी ने चढ़न साडे सिर मथे ते जेड़ा जेड़ी भैन उडवी देनी तू तुसी भैन जावे जी। मैं ये दसना चाहना के तियां जम दियां पराईयां हुंदियां जी जी बच्ची मेरी हो गई 18 साल दी। मैं सोचिया भी हुण देनी ते पैणी ही आ साधक देनी ते पैणी ही आ जवान जो हो गई आ देनी ते पैणी ही आ देनी ते पैणी ही आ साधक अमानत ही हो अब देनी ते पैणी ही आ। मैं ओही सोचिया भी चलो टाइम नाल दे दियो फारग होइए नहीं नहीं तुसी देनी ही आ फारग अगले हो यहां ते बड़े दुख हुंदे आ। हां जी हां जी ਇਹ ਵਿਆਹ ਕਰਨੀਆਂ ਚਾਹੀਦੀਆਂ ਰਸਮ ਰਿਵਾਜ ਆ ਦੁਨੀਆਂ ਦੇ ਰੱਖੀਆਂ ਜਾਂਦੀਆਂ ਜੀ ਰੱਖ ਹੁੰਦੀ ਹੀ ਨਹੀਂ ਦੇਣੀ ਤੇ ਪੈਣੀ ਹੀ ਆ ਕਿਉਂ ਓਹੀ ਬਚਪਨ ਵਾਲਾ ਹਿਸਾਬ ਦੇਣੀ ਤੇ ਪੈਣੀ ਹੀ ਸੁਣ ਗਿਆ ਇਸੇ ਟੋਇਆ ਚ ਵੜ ਜਾਓ ਜੇ ਜਿੱਥੇ ਵੀ ਆ ਦੇਣੀ ਤੇ ਪੈਣੀ ਹੀ ਆ रक्षे ते बह जाओ जा किते बह जाओ ये तेरी पैणी आ। ते मैं सोचिया बैठो जी बड़ी गल है जी बड़ी गल है तुसी सोचिया। हां जी अच्छा सोचे जी कबीर दा इज्जत ना दे दिए जी जी बिल्कुल बिल्कुल देनी ते पैणी ही आ बिल्कुल देखो तजर्बे आलिया नू है ना इन्होंने तरीखा भुगतिया उन्होंने पता है देनी तो फिर भी पैनी है। ਇਹ ਕਬੀਲਦਾਰੀ ਆ ਜੀ ਟਾਈਮ ਸਿਰ ਬੰਨੇ ਲੱਗ ਜਾਵੇ ਚੰਗੀ ਗੱਲ ਆ। ਹਾਂਜੀ 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 ਇਹ ਦੁਨੀਆ ਦੇ ਰਸਮ ਰਿਵਾਜ ਆ ਜੀ ਜੀ ਹਾਂਜੀ ਦੇਣੀ ਪੈਣੀ ਆ। ਧੀਆਂ ਤੇ ਵਾਕਈ ਜੀ ਧਰੇਕਾਂ ਹੁੰਦੀਆਂ ਵਾ ਇਹਨਾਂ ਦੇ ਤਰਕੋਣੇ ਉੱਗਣ ਤੋਂ ਪਹਿਲੇ ਵਿਆਹ ਦੇਣੀ ਚਾਹੀਦੀ। ਗੱਲ ਤਾਂ ਤੇਰੀ ਵੀ ਸਹੀ ਆ ਜੀ ਹਾਂ ਆ ਗੱਲ ਆ। ਅੱਛਾ ਮੈਂ ਤਾਂ ਦੇਣੀ ਹੀ ਆ ਮੇਰੇ ਰਿਸ਼ਤੇਦਾਰ ਬਹੁਤ ਪਰੇਸ਼ਾਨ ਆ। ਚਲੋ ਇਹ ਕੌਣ ਨੇ ਜੀ? ਇਹ ਕੁੜੀ ਦੇ ਨਾਨਕੇ ਆ ਜੀ ਕਹਿ ਥੋੜੇ ਸੀ ਪਿੱਛੇ ਬਹਿ ਗਿਆ ਲਓ आप याद हो सीधा काम आ। अबा जी कुड़ी पढ़ती नहीं फड़ती देख जेने 8 बर्बाद करवाइया ਕਾਕਾ ਮਹਿਮਾਨ ਨੇ ਇੱਜ਼ਤ ਕੁੜੀ ਮੇਰੀ ਜਿਹੜੀ ਹੈ ਨਾ ਬੱਚੀ ਜੀ 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 ਕਹਿਣੇ ਕਾਰ ਨਹੀਂ ਹੈ ਉਹ ਅੱਛਾ ਜੀ ਜਦੋਂ ਦੀ 18 ਸਾਲ ਟੱਪੀ ਹੈ ਨਾ ਜੀ ਜੀ ਓਹੋ ਕੁੜੀ ਮੇਰੀ ਦੇ ਜਜ਼ਬਾਤ ਕੰਟਰੋਲ 'ਚ ਨਹੀਂ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਛੁੱਟੀਆਂ 'ਚ ਵੀ ਬਾਜ਼ ਆਵੇ ਤੇ ਮਾਮਾ ਰਜ਼ਾ ਕਹਿੰਦਾ ਵੀ ਦੇਣੀ ਤਾਂ ਪੈਣੀ ਹੈ ਕਪੜੇ ਕੁਪੜੇ ਸੀ ਲੈਂਦੀ ਆ ਨਾ 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 ਕਪੜੇ ਭਾਜੀ ਉਸ ਦਿਨ ਜਿਹੜਾ ਨਹੀਂ ਲਾ ਲੈਂਦੀ ਆ ਹੈ ਇਧਰ ਆ ਪੁੱਤ ਜੀ ਚਾਚਾ ਜੀ ਮੈਂ ਸਦਕੇ ਜਾ ਮੁਲਕ ਦੇ ਹਾਲਾਤ ਠੀਕ ਨਹੀਂ ਹੈਗੇ ਜੀ ਆ ਕੋਸ਼ਿਸ਼ ਕਰਨੀ ਕਿ ਬੇਟਾਮੀ ਭੈਣ ਨਹੀਂ ਦੇਣੀ ਟਾਈਮ ਨਾ ਦਵੋ ਅਗਲੇ ਕੋ ਪੈਸੇ ਲਾਓ ਤੇ ਚਲੇ ਜਾਓ ਸਾਡੀ ਟਾਈਮਿੰਗ ਦਾ ਮਸਲਾ ਤੁਸੀਂ ਦਿਓ
ਮੁੰਡਾ ਹੋਵੇ ਮੂੰਹ ਮੱਥੇ ਲੱਗਦਾ ਮੁੰਡਾ ਜੀ ਸੋਹਣਾ ਹੋਵੇ ਖੂਬਸੂਰਤ ਹੋਵੇ ਹਾਂਜੀ ਤੁਸੀਂ ਦਿੰਦੇ ਚੰਗੇ ਲੱਗੋ ਲੈਂਦਾ ਚੰਗਾ ਲੱਗੇ ਲੈ ਇਹ ਗੱਲ ਆ ਜਨਾਬ ਮੈਂ ਬੱਚਾ ਤੁਹਾਨੂੰ ਮਿਲਾਉਣਾ ਤੁਹਾਡੀ ਭੁੱਖ ਲੱਥ ਜਾਏਗੀ ਤੁਹਾਡੇ ਨਾਲ ਮੁੱਛਾਂ ਆਈਆਂ ਤੇ ਇਹਦੇ ਨਾਲ ਪਾੜ ਕੇ ਇੱਥੇ ਲਾਈ ਆ ਹਜ਼ੂਰ ਬੁਢਾਪਾ ਹੋ ਰਿਹਾ ਚਮਕਾ ਮੁੱਛਾਂ ਦੇ ਵਿੱਚ ਬਸ ਜੀ ਇਹ ਗੱਲ ਇਹ ਆ ਕਿ ਇਹਦੇ ਵਾਲ ਹੁੰਦੇ ਤਿੱਖੇ ਇਹਨਾਂ ਦੇ ਲਾਜ ਹੀ ਮਾਸ਼ਾਅੱਲਾ ਕਾਮਯਾਬ ਲਾਜ ਜੰਮੀ ਆ ਜੀ ਕਾਮਲ ਇਹ ਬੱਚਾ ਦੇਖਣਾ ਤੁਸੀਂ ਤੁਹਾਡੀ ਜ਼ਰੂਰ ਰਾਜ਼ੀ ਹੋ ਜਾਏਗੀ ਜ਼ਰੂਰ ਰਾਜ਼ੀ ਹੋ ਜਾਏਗੀ ਹਾਂਜੀ 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 ਮੇਰੀ ਜ਼ਰੂਰ ਰਾਜ਼ੀ ਨਾ ਕਰੇ ਹਾਂਜੀ ਬੱਚੀ ਦੀ ਕਰੇ ਭਾਈ ਚਾਂਦ ਜੀ ਇਹ ਹੁਣ ਜਿੱਦਾਂ ਦਾ ਵੀ ਆ ਨਾ 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 ਵੀ ਅਜੇ ਗੁਨਾਹ ਕੀਤਾ ਨਹੀਂ ਹਿਸਾਬ ਲੈਣ ਵਾਲੇ ਪਹਿਲਾਂ ਹੀ ਆ ਗਏ ਇਹ ਮੇਰਾ ਲਾਡਲਾ ਪੋਤੇ ਇਹ ਕੌਣ ਸੀ ਉਹ ਤਾਂ ਸਲਾਮ ਕਰ ਤੇਰੇ ਸਹੁਰਾ ਅਬੂ ਨੇ ਇਹ ਦੇਣ ਦੂਣ ਵਾਲੇ ਆ ਸਲਾਮ ਕਰ ਜੀ ਸਲਾਮ ਅਲੈਕੁਮ ਬਾਬਾ ਟੂ ਦੇਣੀ ਤਾਂ ਹੈ ਲੇਕਿਨ ਹਫਸ਼ੀਆਂ ਨੂੰ ਨਹੀਂ ਇਹ ਤਾਂ ਖੇ ਖਰਾਬਾ ਬਹੁਤ ਕਰਦੇ ਆ ये आपकी बिटिया अपनी बिटिया के ट्रेनर्स हैं हाँ बेटे सलाम कर तेरे होने वाले अबू ने परे चल जा मेरी आँखा जो पैंदा तो परे चल जा केयरफुल फैमिली केयरफुल देखो पैंदा तो आपकी बिटिया आ मुंडा है जी जी आ मुंडा जी मैं खुद हूँ ये मुंडा वो लड़की कहाँ है जिनकी तनहाई का महबर हूँ मैं आ मैं लाइट बंद करनी थी इंजन लगना तेनू अल्लाह ने पर्दा दे दिया ਕਾਕਾ ਕਿਉਂਕਿ ਪਿਆਰ ਲਈਦਾ ਹੁੰਦਾ ਅੱਗੇ ਆਰਾਮ ਦੇ ਆ ਮੁੰਡਾ ਆ ਪਿਆਰ ਦੇ ਜੀ ਤੁਹਾਡਾ ਜਵਾਈ ਆ ਔਰ ਕਿਸੇ ਦੀ ਸ਼ਲਵਾਰ ਫਟੀ ਹੋਵੇ ਅੰਦਰ ਇਦਾਂ ਦੀ ਚੀਜ਼ ਹੁੰਦੀ ਆ ਆਰਾਮ ਦੇ ਆ ਆ ਜਿਹੜਾ ਮੁੰਡਾ ਲਈ ਫਿਰਦਾ ਤੂੰ ਤੇ ਇਦਾਂ ਦੀ ਚੀਜ਼ ਨੂੰ ਦੇਣੀ ਤੇ ਪੈਂਦੀ ਆ ਉਹ ਜੋ ਮਖਸੂਸ ਲਮਹਾਤ ਹੈ ਉਸ ਵਕਤ ਮੈਂ ਕਿੱਡਾ ਬੁਰਾ ਲੱਗਦਾ ਤੂੰ ਉਰਦੂ ਬੋਲਦਾ ਹੈ ਆਰਾਮ ਦੇ ਆ ਕਿੱਡਾ ਬੁਰਾ ਲੱਗਦਾ ਤੂੰ ਇਹ ਅੱਛਾ ਹੀ ਕੁਛ ਨਹੀਂ ਹੁੰਦਾ ਬੱਚਾ ਵਾ ਕੀ ਹੋਇਆ ਪੁਰਿਆ ਹੋ ਚੱਲ ਉੱਧਰ ਜਾ ਫੋਤੀ ਦੇ ਆ ਪੁੱਤਾ ਉਹ ਇਦਾਂ ਦਾ ਬੰਦਾ ਤਾਂ ਕੱਪੜੇ ਲਾ ਕੇ ਵੈਸੇ ਹੀ ਬੁਰਾ ਲੱਗਦਾ ਹੋਵੇ ਸਾਹਿਬ ਹਜ਼ੂਰ ਤੁਸੀਂ ਕੁੜੀ ਮੇਰੀ ਤੇ ਡਰ ਕੇ ਦੌੜ ਜਾਣਾ ਵੀ ਕੋਈ ਚੂਹਾ ਲਮਕਣ ਡਿਆ ਆ ਬੈਠੋ ਤੁਸੀਂ ਮੇਰਾ ਹੋਰ ਵੀ ਇੱਕ ਕਾਕਾ ਹੈ ਜੀ ਬੱਚੀ ਕਿੱਥੇ ਪਹਿਲੇ ਬੱਚੀ ਤੇ ਬੱਚੀ ਤੇ ਬੁਲਾਓ ਹੱਦ ਹੋ ਗਈ ਆ ਬਈ ਬੱਚੀ ਦੇ ਹਿਸਾਬ ਨਾਲ ਗੱਲ ਕਰਾਂਗੇ ਨਾ ਜੀ ਐ ਕੁੜੀਏ ਆਇਆ ਦੇਣੀ ਤੇ ਪੈਣੀ ਆ ਔਰ ਮੈਂ ਘਰ ਰੱਖ ਲਵਾਂ ਹੁਣ ਨਹੀਂ ਨਹੀਂ ਜੀ ਆਹ ਜਾਨ ਬੱਚੀ ਆ ਇਹ ਕੁੜੀਏ ਐ ਤੁਸੀਂ ਹਜ਼ਾਰ ਵਾਲਿਆਂ ਚ ਬੇਹਜ਼ਾ ਜੇ ਹਾਂਜੀ ਬਾਬਾ ਸਲੀਕੇ ਵਾਲੀ ਕੁੜੀ ਲੱਗਦੀ ਹੈ ਜੀ ਲਓ ਆ ਵੇਖੀ ਤੂੰ ਹੁਣ ਬਾਹਰ ਕਈਆਂ ਨੂੰ ਖੁਸ਼ ਕਰਕੇ ਉਹਨੇ ਆਉਣਾ ਕੁੜੀਏ ਥੈਂਕ ਯੂ ਮਾਸ਼ਾਅੱਲਾ ਕੁੜੀ ਦੇ ਵਾਵਾ ਜੀ ਕੁੜੀ ਸਮਝ ਲੈ ਸੀ ਨਾ ਬੜੇ ਅਫਸੋਸ ਵਾਲੀ ਗੱਲ ਆ ਵੀ ਬੱਚੀ ਮੇਰੀ ਜਾਂ ਦਾ ਮੂੰਹ ਮੱਥੇ ਨਾਲ ਲੱਗਦੀ ਹੋਵੇ ये बात बच्ची है भी सियानी उन्हें बिछाने वाला कपड़ा भी नाल लाया उन्हें पता हुआ देनी तो पैनी पापा जी क्या कह रहे हैं जी माशाल्लाह जी घर हो गए माशाल्लाह पापा जी वो लड़का किधर है हैं वो लड़का किधर है तेरे हफ्ता होया है हल तो आई है तू तू मुझसे बर्दाश्त नहीं हो रहा हाँ मैंने पता है मैं लग बैठा है भी कुड़ी मेरी जड़ी है ना हम वो नहीं रही माशाल्लाह कुड़ी बाबा खुश तो भी अजी लग हाँ जी हाँ जी बड़ी ਖੁਸ਼ ਆ ਨਾ ਮੈਂ ਹੁਣ ਸੋਚਿਆ ਆ ਵੀ ਦੇਣੀ ਤਾਂ ਹੈ ਹੀ ਆ ਸਹੀ ਆ ਲੇਕਿਨ ਇਹ ਆ ਵੀ ਬੱਚੀ ਆਪ ਪਸੰਦ ਕਰ ਲਵੇ ਕਿਉਂਕਿ ਜ਼ਿੰਦਗੀ ਦੇ ਸੌਦੇ ਆ ਜੀ 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 ਸੌਦੇ ਬਹੁਤ ਆ ਜਿਹੜਾ ਉਹਨੇ ਯਾਦ ਹੋਵੇ ਨਾ ਇੱਕ ਦੋ ਵਾਰੀ ਤੇ ਮੈਂ ਕਹਿ ਦਵਾਂ ਇਹ ਹੁਣ ਬਾਰ ਬਾਰ ਦਾ ਕੰਮ ਆ ਤੇ ਬੰਦਾ ਇੱਕ ਵਾਰੀ ਹੈ ਨਾ ਪੂਰੀ ਜ਼ਿੰਦਗੀ ਕਰ ਲਵੇ ਗੰਢ ਹੁੰਦੀ ਹੈ ਨਾ ਜੀ ਤੇ ਕੁੜੀਆ ਮੁੰਡਾ ਤੂੰ ਵੇਖ ਲੈਣਾ ਆ ਠੀਕ ਹੈ ਤਾਂ ਕਿ ਨਾ ਨਾਪ ਲੈ ਲੈਣਾ ਵੀ ਉਹਦਾ ਦੇਖ ਲੈਣਾ ਵੀ ਮੈਂ ਇੰਨਾ ਰਹਿ ਸਕਦੀ ਹਾਂ ਤਾਂ ਕਿ ਕੱਲ੍ਹ ਰੌਲਾ ਨਾ ਪਵੇ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਮੁੰਡਾ ਇਹ ਬੱਚੀ ਮੇਰੀ ਆ ਮਾਸ਼ਾਅੱਲਾ ਹਾਂ ਐਵੇਂ ਇੰਗਲਿਸ਼ ਆ ਐਵੇਂ ਇੰਗਲਿਸ਼ ਪਾਪਾ ਜੀ ਲੜਕੇ ਕੋ ਬੁਲਾਓ ਨਾ ਆ ਲੜਕੇ ਨੂੰ ਬੁਲਾਓ ਇਹ ਥੋੜਾ ਜਿਹਾ ਨਹੀਂ 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 ਸਭ ਮੈਂ ਕਰੂੰ ਤੈਨੂੰ ਇਸ ਕੰਮ ਲੈ ਕੇ ਆਇਆ ਤੇ ਮੈਨੂੰ ਪਤਾ ਹੀ ਆ ਬੱਚੀ ਦੇ ਨੌ ਦੱਸ ਰਹੇ ਜੀ ਬੱਚੀ ਮਾਸ਼ਾਅੱਲਾ ਹੱਥ ਦੀ ਸੁੱਚੀ ਆ ਬਲਾ ਕਾਕਾ ਆ ਕਾਕਾ ਸ਼ਮਸ਼ਾਦ ਜੀ ਅਬੂ ਓ ਮਾਈ ਗਾਡ ਚੀਕਾ ਯ
ये बड़ी देर के बाद सुनी है मैंने। और मेहमान ने आया भाई कि तू तैयार हो गया, किड़ी चीज सी तैयार हुई है। क्या मतलब, ये कौन है जिसमें कसर है? ए कौन ए? मेरा काका जी बखुदा। और एक मिनट उरा मुंडा है तेरा? हाँ जी हाँ जी। इधर भी आया ना करना? हाँ जी। और दो बंदे लगा मैं बंदे पर मैं तेरे लाभ लो तो आटे को तो अपना रखिया हो। सलाम कर तेरा सलाम। ये जिड़ा चौकस है इन्हें तो मेरी कुड़ी का बंदा भी ले जाना। चाचा यूरे ते आओ इधर आओ तो शरीफ आओ तुसी बैठो तो सही बैठ के गल कर दे जी। सलाम कर तेरा सौरा वा। ओह माय गॉड। अस्सलाम वालेकुम अब्बू जी। हो गया पापा जी चलो हमने नहीं दे रिश्ता करना चलो। क्यों अब्बू जी की होया मेरे विच केड़ी शायद कमी है? सारी कमी तेरा ना कमी है ते तो कमी बनी है। अब्बू जी इस कमी दे विच हजे भी थोड़ी थोड़ी नमी है लेकिन तुसी प्लीज इस तरह ना करो मेरा दिल तोड़ के ना जाओ। अच्छा तुसी आए हो साडे घर? हाय नी सहेली कित्थों तैयार होनी है नी तू? सैलून तो होंगी हो? हाँ जी। ओए लो नी साडे नूं तो डेढ़ डेढ़ घंटा हमाम वाला ही ला दिंदा साडे तों। आओ सही है ना मैं भी ब्याह कराउणा। हां तो ट्राई कर लेना पहले आप। बेटा प्यार है ते मैं कहना भी तेरा ब्याह कर देना होर किते। हां तो चलो आई चीज आ। चार केले ने साडे सैंपल ने तीन असि भरावा एक साडे वाल साहब। काका क्यों मेरा कुड़िए इन्हां दे केले इन्हां दे लाण दे पाउण डए ਵਧਾ ਘਟਾ ਦੇ ਲਾ ਬਾਅਦ ਚ ਨਾ ਰੌਲਾ ਪਾਈ ਕੇ ਹੋਰ ਲੈ ਕੇ ਆਓ। ਬਸ ਇਹ ਪ੍ਰੋਬਲਮ ਹੈ ਥੋੜੀ ਜੀ ਕੋਈ ਨੀ ਇਹ ਵੀ ਸਹੀ ਹੋ ਜਾਣਾ ਵਾ। ਲੱਭ ਲੋ ਇਹਨਾਂ ਚੋਂ ਕਿਹੜਾ ਇਹ ਮੇਰੇ ਡੈਡੀ ਦਾ ਵਾ ਨਰਮ ਆ। ਹਾਂਜੀ ਇਹ ਭਾਈ ਜਾਣਦਾ ਵਾ ਇਹ ਗਰਮ ਆ ਇਹ ਉਰਲਾ ਵੀ ਸ਼ਰਮ ਆ ਮੇਰੇ ਵਾਲਾ। ਮੁੰਡੇ ਆਪਣੇ ਨੂੰ ਝਾੜ ਲਓ ਕੋਈ ਰਹਿ ਨਾ ਗਿਆ ਹੋਵੇ ਕਿਸੇ ਦੀ ਕੋਈ ਮਾਨਤ। ਖਾਓ ਖਾਓ ਤੁਸੀਂ ਖਾਓ ਮੇਰੇ ਲਾ ਵੀ ਮਾਂ ਓਏ ਬੁਝ ਕਿੱਦਾਂ ਮੇਰੀ ਬਾਤ ਸੁਣੋ ਜੀ ਇਹ ਚਾਰ ਪੰਜ ਕੇਲੇ ਰੋਜ਼ਾਨਾ ਕੇ ਖਾ ਜਾਤੇ ਓਏ ਤੋ ਬਚੋ ਇਹ ਖਾ ਜਾਂਦਾ ਇਹ। ਖਾਓ ਤੁਸੀਂ ਕੇਲੇ ਨੂੰ ਇਨਸਾਨ ਨੀ ਸਮਝਦੇ ਤੁਸੀਂ ਕਿਵੇਂ ਨਾਲ ਤੇਰੀ ਕੀ ਭੈਣ ਨਿਕਲਦੀ ਆ ਦੇਖੋ ਕੀ ਦਿਆ ਪੁੱਤਾ ਤੁਸੀਂ ਖਾਓ ਭਾਈ ਸਾਹਿਬ ਖਾਓ। ਅਬੂ ਨਾਲੋਂ ਲਾਉਣ ਡਿਆ ਨਾਲੋਂ ਲਾਉਣ ਅਬੂ ਇਹਨੇ ਸਾਲਾ ਛੇਲਿਆ ਹੁਣ ਮੈਨੂੰ ਲੱਗਦਾ ਮੂੰਹ ਚ ਪਾਊਗਾ। ਅਬ ਦੰਦੀ ਵੱਡੂ
मुसलमान करता है। चलते हो दरखान